ਮੇਰੀ ਪਰਸਨਲ ਸਟੋਰੀ ਮੈਂ ਨੋ ਡਾਊਟ ਜਿਹੜੀ ਉਹਨੇ ਚਿੜੀਆਂ ਦੀ ਗੱਲ ਕੀਤੀ ਸੀ ਇਹ ਗੱਲ ਮੈਂ ਦੇਖਦਾ ਹੁੰਦਾ ਕਿ ਮੈਂ ਰੋਜ਼ ਸਵੇਰੇ ਉੱਠ ਕੇ ਦਾਣੇ ਪਾਉਂਦਾ ਚਿੜੀਆਂ ਔਰ ਜਿਸ ਦਿਨ ਮੈਂ ਲੇਟ ਹੋ ਜਾਂ ਕੋਈ ਕੰਮ ਹੋ ਜਾਏ ਮੈਂ ਕਿਤੇ ਬਹੁਤ ਜਾਣਾ ਪਏ ਮੈਂ ਲੇਟ ਹੋ ਜਾਂ ਉੱਤੇ ਚਿੜੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਕਬੂਤਰਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਪਤਾ ਲੱਗ ਜਾਂਦਾ ਉਹ ਵੇਟ ਕਰ ਰਹੀ ਹੈ ਉਹ ਤੇ ਹੋਰ ਕਾਂ ਆ ਕੇ ਬਹਿ ਕੇ ਬਾਲਕਨੀ ਵਿੱਚ ਉਹ ਰੋਲਾ ਮਾਰਨਾ ਸ਼ੁਰੂ ਕਰ ਦਿੰਦਾ ਭਾਈ ਅੱਜ ਕੁਝ ਪਾਇਆ ਨਹੀਂ ਸੋ ਦਿਸ ਇਜ਼ ਰੀਅਲੀ ਇਮੋਸ਼ਨਲ ਕਿ ਉਹ ਵੀ ਮੈਨੂੰ ਲੱਗਦਾ ਕਿ ਜਿੱਦਾਂ ਮੇਰੇ ਆਪਣੇ ਬੱਚੇ ਨੇ ਇਹਨਾਂ ਨੂੰ ਹਰ ਚੀਜ਼ ਦੀ ਲੋੜ ਹੈ ਇਹਨਾਂ ਨੂੰ ਵੀ ਵੇਟ ਕਰ ਰਹੇ ਨੇ ਕਿ ਮੈਨੂੰ ਜਿਸ ਦਿਨ ਮੈਂ ਲੇਟ ਹੋ ਜਾਂ ਹੁਣ ਆਪਣੇ ਬੇਟਾ ਮੇਰਾ ਹੀ ਇਜ਼ ਇਨ ਸੈਕਿੰਡ ਅਰਮਾਨ ਉਹਦੀ ਮੈਂ ਡਿਊਟੀ ਲਗਾਈ ਹੋਈ ਹੈ ਜਿਸ ਦਿਨ ਮੈਂ ਬਹੁਤ ਬਿਜ਼ੀ ਹਾਂ ਆਈ ਕਾਂਟ ਸਪੇਅਰ 1 ਮਿੰਟ ਉਹਨੂੰ ਮੈਂ ਕਹਿੰਦਾ ਹੁੰਦਾ ਬੇਟਾ ਅੱਜ ਤੇਰੀ ਡਿਊਟੀ ਤੂੰ ਉੱਪਰ ਜਾ ਕੇ ਪਾਣੀ ਦੇ ਕੇ ਸੇਮ ਇਜ਼ ਵਿਦ ਪਲਾਂਟਸ ਇਨ ਮਾਈ ਬੈਲਕਨੀ ਪਲਾਂਟਸ ਦੀ ਮੈਂ ਦੇਖਦਾ ਕਿ ਜਿਸ ਦਿਨ ਉਹ ਸੁੱਕੇ ਹੁੰਦੇ ਨੇ ਪਾਣੀ ਨਾ ਪਾ ਸਕਾਂ ਮੈਂ ਆਊਟ ਆਫ ਸਟੇਸ਼ਨ ਗਿਆ ਹਾਂ ਉਹ ਜਾਏ ਹੁੰਦੇ ਹੁਣ ਮੈਂ ਆਪਣੇ ਬੇਟੇ ਬੇਟੀ ਨੂੰ ਪ੍ਰੇਮ ਕਰ ਰਿਹਾ ਕਿ ਜਿਸ ਦਿਨ ਮੈਂ ਨਾ ਹੋਇਆ ਇਟਸ ਯੋਰ ਪਰਸਨਲ ਰਿਸਪੋਂਸਿਬਿਲਿਟੀ